ਸਾਬਕਾ ਕੌਂਸਲਰ ਨੂੰ ਵਿਦੇਸ਼ੀ ਨੰਬਰ ਤੋਂ WhatsApp ਤੇ ਫੇਕ ਕਾਲ ਆਉਂਦੀ ਹੈ ਅਤੇ ਡੀਪੀ ਤੇ ਇੱਕ ਪੁਲਿਸ ਅਫਸਰ ਦੀ ਫੋਟੋ ਲੱਗੀ ਹੁੰਦੀ ਹੈ ਅਤੇ ਫੋਨ ਤੇ ਗੱਲ ਕਰ ਰਹੇ ਸ਼ਖਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਤੁਹਾਡੇ ਪਰਿਵਾਰ ਦੇ ਜੀ ਨੂੰ ਅਸੀਂ ਹਿਰਾਸਤ ਦੇ ਵਿੱਚ ਲਿਆ ਹੋਇਆ। ਹਾਲਾਂਕਿ ਸਾਬਕਾ ਕੌਂਸਲਰ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਕੋਲ ਹੀ ਬੈਠੇ ਹੋਏ ਸਨ ਅਤੇ ਡਰਦੇ ਘਬਰਾਉਂਦੇ ਉਹਨਾਂ ਨੇ ਆਪਣਾ ਫੋਨ ਵਿਧਾਇਕ ਨੂੰ ਦੇ ਦਿੱਤਾ, ਜਿਸ ਤੋਂ ਬਾਅਦ ਵਿਧਾਇਕ ਨੇ ਵੀ ਉਸ ਸ਼ਖਸ ਦੇ ਨਾਲ ਗੱਲ ਕੀਤੀ। ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਉਸ ਸ਼ਖਸ ਦੇ ਨਾਲ ਗੱਲ ਕੀਤੀ ਅਤੇ ਜਦ ਉਹਨਾਂ ਨੇ ਉਸ ਸ਼ਖਸ ਨਾਲ ਗੱਲ ਕੀਤੀ ਤਾਂ ਉਸ ਵਿਅਕਤੀ ਨੇ ਇਹੀ ਕਿਹਾ ਕਿ ਅਸੀਂ ਤੁਹਾਡੇ ਪਰਿਵਾਰ ਦੇ ਜੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਹਾਲਾਂਕਿ ਇਹ ਜੋ ਫੋਨ ਕਾਲ ਸੀ ਇਹ ਇੱਕ ਵਿਦੇਸ਼ੀ ਨੰਬਰ ਤੋਂ ਆਈ ਸੀ ਔਰ ਉੱਥੇ ਇੱਕ ਪੁਲਿਸ ਅਫਸਰ ਦੀ ਫੋਟੋ ਬਤੌਰ ਡੀਪੀ ਤੇ ਲੱਗੀ ਹੋਈ ਸੀ ਤਾਂ ਵਿਧਾਇਕ ਨੂੰ ਇਹ ਅੰਦੇਸ਼ਾ ਹੋ ਗਿਆ ਕਿ ਇਹ ਇੱਕ ਫਰਾਡ ਕਾਲ ਹੈ ਅਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਉਹ ਗੱਲ ਕਰ ਹੀ ਰਹੇ ਸਨ ਅਤੇ ਅੱਧ ਵਿਚਕਾਰ ਹੀ ਸ਼ਖਸ ਦੇ ਵੱਲੋਂ ਫੋਨ ਕੱਟ ਦਿੱਤਾ ਜਾਂਦਾ। ਹਾਲਾਂਕਿ ਫੋਨ 'ਤੇ ਸ਼ਖਸ ਇਹੀ ਕਹਿੰਦਾ ਹੋਇਆ ਵਿਖਾਈ ਦਿੱਤਾ ਕਿ ਅਸੀਂ ਪਰਿਵਾਰ ਦੇ ਜੀ ਨੂੰ ਥਾਣੇ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਹੋਇਆ ਤਾਂ ਉੱਥੇ ਹੀ ਵਿਧਾਇਕ ਗੁਰਪ੍ਰੀਤ ਗੋਗੀ ਦੇ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਅੱਜ ਦਿਨ ਹੀ ਅਜਿਹੇ ਮਾਮਲੇ ਵੱਧਦੇ ਜਾ ਰਹੇ ਹਨ, ਲੋਕ ਸਾਈਬਰ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਤਾਂ ਇਸੇ ਲੜੀ ਦੇ ਤਹਿਤ ਸਾਬਕਾ ਕੌਂਸਲਰ ਨੂੰ ਵੀ ਇੱਕ ਫੇਕ ਕਾਲ ਆਈ ਸੀ ਅਤੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਅਜਿਹੇ ਲੋਕਾਂ ਤੋਂ ਆਪਣਾ ਬਚਾਅ ਕਰਨ ਦੀ ਗੱਲ ਆਖੀ ਗਈ ਹੈ। ਤੇ ਮੈਂ ਸਾਰਾ ਤਹਿਕੀਕਾਤ ਕੀਤੀ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਐਸੇ ਜੋ ਠੱਗ ਨੇ ਜੋ ਕਿ ਲੋਕ ਭੋਲੇ ਭਾਲੇ ਲੋਕਾਂ ਨੂੰ ਡਰਾ ਕੇ ਕਿ ਤੇਰਾ ਭਤੀਜਾ ਤੇਰਾ ਤੇਰਾ ਬੇਟਾ ਫੜ ਲਿਆ, ਅਰੈਸਟ ਪੈ ਗਈ, ਇੰਨੇ 'ਚ ਤੇਰੀ ਗੱਲ ਮੁਕਾ ਦਿੰਦੇ, ਇੰਨੇ ਪੈਸੇ ਭੇਜਦੇ, ਔਨਲਾਈਨ ਬੈਂਕਿੰਗ ਫਰੋਡ ਕਰਦੇ ਨੇ ਲੋਕ। ਔਰ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਲਿਵਿੰਗ ਜਿਹਦੇ ਦੇ ਉੱਤੇ ਅੱਜ ਇਹ ਲੋਕਾਂ ਨੂੰ ਮੈਂ ਇੱਕ ਨਿਮਰਤਾ ਸਾਹਿਬ ਬੇਨਤੀ ਕਰਨੀ ਚਾਹੁੰਦਾ ਕਿ ਕਿਰਪਾ ਕਰਕੇ ਆਪਾਂ ਐਸੀਆਂ ਫੇਕ ਕਾਲ ਤੋਂ ਬਚੀਏ ਔਰ ਜੋ ਵੀ ਐਸੇ ਲੋਕ ਤੁਹਾਨੂੰ ਕਾਲ ਕਰਦੇ ਆ ਬਿਲਕੁਲ ਡਰਨ ਦੀ ਲੋੜ ਨਹੀਂ ਹੈਗੀ, ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈਗੀ, ਕਿਸੇ ਨੂੰ ਪੈਸੇ ਪਾਉਣ ਦੀ ਲੋੜ ਨਹੀਂ ਹੈਗੀ। ਸਭ ਤੋਂ ਪਹਿਲਾਂ ਜਿਸ ਬਾਰੇ ਕਿਉਂਕਿ ਜਿਸਦਾ ਵੀ ਨਾਂ ਇਹ ਪਹਿਲਾਂ ਤੁਹਾਡੇ ਮੂੰਹ ਚੋਂ ਕਢਾਉਂਦੇ ਆ ਕਿ ਤੁਹਾਡਾ ਬੇਟਾ ਕਿੱਥੇ ਆ, ਤੁਹਾਡਾ ਭੈਣ ਕਿੱਥੇ ਆ, ਤੁਹਾਡਾ ਫਾਦਰ ਕਿੱਥੇ ਆ, ਮਤਲਬ ਤੁਹਾਡੇ ਮੂੰਹ ਚੋਂ ਕਢਾ ਕੇ ਤੁਹਾਡੇ ਮੂੰਹ 'ਚ ਗੱਲ ਪਾਉਂਦੇ ਨੇ। ਇਸ ਕਰਕੇ ਜਦੋਂ ਵੀ ਤੁਹਾਨੂੰ ਐਸੀ ਕਿਸੇ ਦੀ ਫੇਕ ਕਾਲ ਆਉਂਦੀ ਹੈਗੀ ਆ ਕਿਰਪਾ ਕਰਕੇ ਇੱਕੋ ਦਮ ਆਪਣੇ ਬੈਂਕ ਅਕਾਊਂਟ ਨਹੀਂ ਦੇਣੇ ਉਹਨਾਂ ਨੂੰ, ਨਾ ਆਪਣਾ ਕੋਈ KYC ਅਕਾਊਂਟ ਦੇਣਾ ਹੈਗਾ, ਨਾ ਕਿਸੇ ਨੂੰ ਕੁਛ ਹੋਰ ਦੇਣਾ, ਔਰ ਸਿੱਧਾ ਪੁਲਿਸ ਨੂੰ ਇਤਲਾਹ ਦਿਓ ਔਰ ਕੋਸ਼ਿਸ਼ ਕਰੋ ਉਸ ਫੋਨ ਨੂੰ ਤੁਸੀਂ ਆਪਣੇ ਬਲੌਕ ਲਿਸਟ ਦੇ ਵਿੱਚ ਪਾ ਦਿਓ। ਧੰਨਵਾਦ, ਥੈਂਕ ਯੂ। ਸਾਬਕਾ ਕੌਂਸਲਰ ਨੂੰ ਵਿਦੇਸ਼ੀ ਨੰਬਰ ਤੋਂ WhatsApp ਤੇ ਫੇਕ ਕਾਲ ਆਉਂਦੀ ਹੈ ਅਤੇ ਡੀਪੀ ਤੇ ਇੱਕ ਪੁਲਿਸ ਅਫਸਰ ਦੀ ਫੋਟੋ ਲੱਗੀ ਹੁੰਦੀ ਹੈ ਅਤੇ ਫੋਨ ਤੇ ਗੱਲ ਕਰ ਰਹੇ ਸ਼ਖਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਤੁਹਾਡੇ ਪਰਿਵਾਰ ਦੇ ਜੀ ਨੂੰ ਅਸੀਂ ਹਿਰਾਸਤ ਦੇ ਵਿੱਚ ਲਿਆ ਹੋਇਆ। ਹਾਲਾਂਕਿ ਸਾਬਕਾ ਕੌਂਸਲਰ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਕੋਲ ਹੀ ਬੈਠੇ ਹੋਏ ਸਨ ਅਤੇ ਡਰਦੇ ਘਬਰਾਉਂਦੇ ਉਹਨਾਂ ਨੇ ਆਪਣਾ ਫੋਨ ਵਿਧਾਇਕ ਨੂੰ ਦੇ ਦਿੱਤਾ, ਜਿਸ ਤੋਂ ਬਾਅਦ ਵਿਧਾਇਕ ਨੇ ਵੀ ਉਸ ਸ਼ਖਸ ਦੇ ਨਾਲ ਗੱਲ ਕੀਤੀ। ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਉਸ ਸ਼ਖਸ ਦੇ ਨਾਲ ਗੱਲ ਕੀਤੀ ਅਤੇ ਜਦ ਉਹਨਾਂ ਨੇ ਉਸ ਸ਼ਖਸ ਨਾਲ ਗੱਲ ਕੀਤੀ ਤਾਂ ਉਸ ਵਿਅਕਤੀ ਨੇ ਇਹੀ ਕਿਹਾ ਕਿ ਅਸੀਂ ਤੁਹਾਡੇ ਪਰਿਵਾਰ ਦੇ ਜੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਹਾਲਾਂਕਿ ਇਹ ਜੋ ਫੋਨ ਕਾਲ ਸੀ ਇਹ ਇੱਕ ਵਿਦੇਸ਼ੀ ਨੰਬਰ ਤੋਂ ਆਈ ਸੀ ਔਰ ਉੱਥੇ ਇੱਕ ਪੁਲਿਸ ਅਫਸਰ ਦੀ ਫੋਟੋ ਬਤੌਰ ਡੀਪੀ ਤੇ ਲੱਗੀ ਹੋਈ ਸੀ ਤਾਂ ਵਿਧਾਇਕ ਨੂੰ ਇਹ ਅੰਦੇਸ਼ਾ ਹੋ ਗਿਆ ਕਿ ਇਹ ਇੱਕ ਫਰਾਡ ਕਾਲ ਹੈ ਅਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਉਹ ਗੱਲ ਕਰ ਹੀ ਰਹੇ ਸਨ ਅਤੇ ਅੱਧ ਵਿਚਕਾਰ ਹੀ ਸ਼ਖਸ ਦੇ ਵੱਲੋਂ ਫੋਨ ਕੱਟ ਦਿੱਤਾ ਜਾਂਦਾ। ਹਾਲਾਂਕਿ ਫੋਨ 'ਤੇ ਸ਼ਖਸ ਇਹੀ ਕਹਿੰਦਾ ਹੋਇਆ ਵਿਖਾਈ ਦਿੱਤਾ ਕਿ ਅਸੀਂ ਪਰਿਵਾਰ ਦੇ ਜੀ ਨੂੰ ਥਾਣੇ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਹੋਇਆ ਤਾਂ ਉੱਥੇ ਹੀ ਵਿਧਾਇਕ ਗੁਰਪ੍ਰੀਤ ਗੋਗੀ ਦੇ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਅੱਜ ਦਿਨ ਹੀ ਅਜਿਹੇ ਮਾਮਲੇ ਵੱਧਦੇ ਜਾ ਰਹੇ ਹਨ, ਲੋਕ ਸਾਈਬਰ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਤਾਂ ਇਸੇ ਲੜੀ ਦੇ ਤਹਿਤ ਸਾਬਕਾ ਕੌਂਸਲਰ ਨੂੰ ਵੀ ਇੱਕ ਫੇਕ ਕਾਲ ਆਈ ਸੀ ਅਤੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਅਜਿਹੇ ਲੋਕਾਂ ਤੋਂ ਆਪਣਾ ਬਚਾਅ ਕਰਨ ਦੀ ਗੱਲ ਆਖੀ ਗਈ ਹੈ। ਤੇ ਮੈਂ ਸਾਰਾ ਤਹਿਕੀਕਾਤ ਕੀਤੀ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਐਸੇ ਜੋ ਠੱਗ ਨੇ ਜੋ ਕਿ ਲੋਕ ਭੋਲੇ ਭਾਲੇ ਲੋਕਾਂ ਨੂੰ ਡਰਾ ਕੇ ਕਿ ਤੇਰਾ ਭਤੀਜਾ ਤੇਰਾ ਤੇਰਾ ਬੇਟਾ ਫੜ ਲਿਆ, ਅਰੈਸਟ ਪੈ ਗਈ, ਇੰਨੇ 'ਚ ਤੇਰੀ ਗੱਲ ਮੁਕਾ ਦਿੰਦੇ, ਇੰਨੇ ਪੈਸੇ ਭੇਜਦੇ, ਔਨਲਾਈਨ ਬੈਂਕਿੰਗ ਫਰੋਡ ਕਰਦੇ ਨੇ ਲੋਕ। ਔਰ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਲਿਵਿੰਗ ਜਿਹਦੇ ਦੇ ਉੱਤੇ ਅੱਜ ਇਹ ਲੋਕਾਂ ਨੂੰ ਮੈਂ ਇੱਕ ਨਿਮਰਤਾ ਸਾਹਿਬ ਬੇਨਤੀ ਕਰਨੀ ਚਾਹੁੰਦਾ ਕਿ ਕਿਰਪਾ ਕਰਕੇ ਆਪਾਂ ਐਸੀਆਂ ਫੇਕ ਕਾਲ ਤੋਂ ਬਚੀਏ ਔਰ ਜੋ ਵੀ ਐਸੇ ਲੋਕ ਤੁਹਾਨੂੰ ਕਾਲ ਕਰਦੇ ਆ ਬਿਲਕੁਲ ਡਰਨ ਦੀ ਲੋੜ ਨਹੀਂ ਹੈਗੀ, ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈਗੀ, ਕਿਸੇ ਨੂੰ ਪੈਸੇ ਪਾਉਣ ਦੀ ਲੋੜ ਨਹੀਂ ਹੈਗੀ। ਸਭ ਤੋਂ ਪਹਿਲਾਂ ਜਿਸ ਬਾਰੇ ਕਿਉਂਕਿ ਜਿਸਦਾ ਵੀ ਨਾਂ ਇਹ ਪਹਿਲਾਂ ਤੁਹਾਡੇ ਮੂੰਹ ਚੋਂ ਕਢਾਉਂਦੇ ਆ ਕਿ ਤੁਹਾਡਾ ਬੇਟਾ ਕਿੱਥੇ ਆ, ਤੁਹਾਡਾ ਭੈਣ ਕਿੱਥੇ ਆ, ਤੁਹਾਡਾ ਫਾਦਰ ਕਿੱਥੇ ਆ, ਮਤਲਬ ਤੁਹਾਡੇ ਮੂੰਹ ਚੋਂ ਕਢਾ ਕੇ ਤੁਹਾਡੇ ਮੂੰਹ 'ਚ ਗੱਲ ਪਾਉਂਦੇ ਨੇ। ਇਸ ਕਰਕੇ ਜਦੋਂ ਵੀ ਤੁਹਾਨੂੰ ਐਸੀ ਕਿਸੇ ਦੀ ਫੇਕ ਕਾਲ ਆਉਂਦੀ ਹੈਗੀ ਆ ਕਿਰਪਾ ਕਰਕੇ ਇੱਕੋ ਦਮ ਆਪਣੇ ਬੈਂਕ ਅਕਾਊਂਟ ਨਹੀਂ ਦੇਣੇ ਉਹਨਾਂ ਨੂੰ, ਨਾ ਆਪਣਾ ਕੋਈ KYC ਅਕਾਊਂਟ ਦੇਣਾ ਹੈਗਾ, ਨਾ ਕਿਸੇ ਨੂੰ ਕੁਛ ਹੋਰ ਦੇਣਾ, ਔਰ ਸਿੱਧਾ ਪੁਲਿਸ ਨੂੰ ਇਤਲਾਹ ਦਿਓ
और कोशिश करो उस फोन अपने ब्लॉक लिस्ट पा दिओ। धन्यवाद, थैंक यू।